ਜਿੱਦਾਂ ਹੀ ਇਹਦੇ ਅੰਦਰ ਬੰਦਾ ਜਾਏਗਾ ਫੋਗ ਸਿਸਟਮ ਚਾਲੂ ਹੋ ਜਾਏਗਾ ਅਤੇ ਫੋਗ ਸਿਸਟਮ ਨਾਲ ਸਾਰਾ ਬੰਦਾ ਸਿਰ ਤੋਂ ਲੈ ਕੇ ਪੈਰ ਤੱਕ ਸੈਨੀਟਾਈਜ਼ ਹੋ ਜਾਏਗਾ। ਅਸੀਂ ਤਾਂ ਇਹੀ ਕਹਿਣਾ ਚਾਹਾਂ ਕਿ ਅਸੀਂ ਇਹ ਇਨੀਸ਼ੀਏਟਿਵ ਲਿੱਤਾ ਹੈ DC ਆਫਿਸ ਦੇ ਵਿੱਚ ਇਹ ਟਨਲ ਲਗਾਉਣ ਦਾ ਅਤੇ ਦੂਜਾ ਸਾਡਾ ਟਨਲ ਸਿਵਲ ਹੋਸਪਿਟਲ 'ਤੇ ਲੱਗ ਰਿਹਾ ਅਤੇ ਵੱਧ ਤੋਂ ਵੱਧ ਪਬਲਿਕ ਇੱਥੋਂ ਆ ਕੇ ਆਪਣੇ ਆਪ ਨੂੰ ਸੈਨੀਟਾਈਜ਼ ਕਰੇ, ਹੈਡ ਟੂ ਟੋ ਸੈਨੀਟਾਈਜ਼ ਕਰੇ। ਦੇਖੋ, ਕੋਰੋਨਾ ਵਾਇਰਸ ਦੀ ਘਾਤਕ ਬਿਮਾਰੀ ਤੋਂ ਬਚਣ ਵਾਸਤੇ ਲੁਧਿਆਣਾ ਦੀ ਆਸ ਅਹਿਸਾਸ ਸੰਸਥਾ ਦੇ ਸਹਿਯੋਗ ਨਾਲ ਬਣਾਈ ਗਈ ਸੈਨੀਟਾਈਜ਼ਰ ਟਨਲ, ਜਿਸ ਦਾ ਪਾਇਲਟ ਪ੍ਰੋਜੈਕਟ ਲਗਾਇਆ ਗਿਆ DC ਦਫ਼ਤਰ ਦੇ ਵਿੱਚ, ਜਿਸ 'ਚ ਲੱਗੇ ਹੋਏ ਨੇ ਕੁਝ ਖਾਸ ਸਾਇਰਨ, ਅਤੇ ਜਦੋਂ ਵੀ ਕੋਈ ਵਿਅਕਤੀ ਇਸ ਟਨਲ ਦੇ ਵਿੱਚੋਂ ਲੰਘਦਾ ਹੈ ਉਦੋਂ ਹੀ ਸੈਨੀਟਾਈਜ਼ਰ ਦਾ ਹੁੰਦਾ ਹੈ ਉਸਦੇ ਪੂਰੇ ਸਰੀਰ 'ਤੇ ਛਿੜਕਾਅ ਅਤੇ 90-95% ਸਰੀਰ ਹੋ ਜਾਂਦਾ ਹੈ ਸੈਨੀਟਾਈਜ਼। ਤੁਸੀਂ ਜੀ ਦੇਖਿਆ ਜਾਵੇ ਜਿਹੜਾ ਤੁਸੀਂ DC ਆਫਿਸ ਦੇ ਵਿੱਚ ਜਿਹੜਾ ਇਹ ਲਾਇਆ ਹੈ, ਤੁਸੀਂ ਤੁਹਾਡੇ ਵੱਲੋਂ ਤਿਆਰ ਕੀਤਾ ਗਿਆ, ਹਾਂਜੀ, ਅਤੇ ਕੀ ਤੁਸੀਂ ਇਹਦੀ ਜਾਣਕਾਰੀ ਤੋਂ ਥੋੜ੍ਹੀ ਜਿਹੀ ਦੱਸੋ। ਸਰ, ਇੱਕ ਡਿਸਇਨਫੈਕਸ਼ਨ ਟਨਲ ਹੈ, ਇਹਦੇ 'ਚ ਨਾ ਅਸੀਂ ਕੈਮੀਕਲ ਯੂਜ਼ ਕਰਕੇ ਪਾਣੀ ਨੂੰ ਸੈਨੀਟਾਈਜ਼ ਕੀਤਾ ਅਤੇ ਥਰੂ ਨੋਜ਼ਲ ਸਿਸਟਮ ਐਂਡ ਪੰਪ ਸਿਸਟਮ ਅਸੀਂ ਨੂੰ ਆਟੋਮੈਟਿਕ ਸੈਂਸਰ ਨਾਲ ਸਾਰੀ ਮਸ਼ੀਨ ਰੈਡੀ ਕੀਤੀ ਹੈ। ਜਿੱਦਾਂ ਹੀ ਇਹਦੇ ਅੰਦਰ ਬੰਦਾ ਜਾਏਗਾ ਫੋਗ ਸਿਸਟਮ ਚਾਲੂ ਹੋ ਜਾਏਗਾ ਅਤੇ ਫੋਗ ਸਿਸਟਮ ਨਾਲ ਸਾਰਾ ਬੰਦਾ ਸਿਰ ਤੋਂ ਲੈ ਕੇ ਪੈਰ ਤੱਕ ਸੈਨੀਟਾਈਜ਼ ਹੋ ਜਾਏਗਾ, ਆਉਂਦੇ ਹੋਏ ਵੀ ਔਰ ਜਾਂਦੇ ਹੋਏ ਵੀ, ਔਰ ਬੰਦੇ ਨੇ ਇੱਕ ਵਾਰ ਵਿੱਚ ਘੁੰਮਣਾ ਤੁਹਾਡੇ ਕਿ ਅੰਡਰ ਆਰਮਸ ਅਤੇ ਸ਼ੂਜ਼ ਤੱਕ ਸਾਰਾ ਸਪਰੇ ਚਲੇ ਜਾਵੇ। ਅਤੇ ਸਰ, ਕਿੰਨਾ ਕੁ ਇਹਨੂੰ ਟਾਈਮ ਲੱਗਿਆ ਜੀ ਬਣਾਉਣ ਦੇ ਵਿੱਚ? ਦੋ ਤਿੰਨ ਦਿਨ। ਹੋਰ ਕਿੰਨੇ ਤੁਸੀਂ ਇੱਦਾਂ ਦੇ ਬਣਾ ਰਹੇ ਹੋ? ਹੁਣ ਤਾਂ ਸਰ ਕਾਫੀ, ਮਤਲਬ ਹਾਲੇ ਤਾਂ ਗਵਰਨਮੈਂਟ NGOs ਲਈ ਕਾਫੀ ਕੰਮ ਕਰ ਰਹੇ ਹਾਂ, ਸਿਵਲ ਹੋਸਪਿਟਲ ਸ਼ੁਰੂ ਹੋ ਗਿਆ ਬਣਾਉਣਾ ਅੱਜ, ਉਸ ਤੋਂ ਬਾਅਦ ਦਾਣਾ ਮੰਡੀ ਜਿਹੜੀ ਸਬਜ਼ੀ ਮੰਡੀ ਹੈ ਲੁਧਿਆਣੇ ਸ਼ਹਿਰ ਦੀ ਉਹ 'ਚ ਵੀ ਹੈ, ਉਹ ਪਲਾਨਿੰਗ 'ਚ। ਹਾਂਜੀ, ਸਿਕਿਉਰਡ ਇੰਜੀਨੀਅਰਸ ਪ੍ਰਾਈਵੇਟ ਲਿਮਿਟਡ ਮੇਰੀ ਕੰਪਨੀ ਦਾ ਨਾਮ ਹੈ ਅਤੇ ਉਹਨਾਂ ਨੇ ਕੰਪਨੀ ਨਾਲ, ਟੀਮ ਨਾਲ, ਮੈਂਬਰਸ ਨਾਲ ਮਿਲ ਕੇ ਸਭ ਨੇ ਬਣਾਇਆ। ਸਰ, ਕਾਫੀ ਟਾਈਮ ਦਾ ਸੋਚ ਰਹੇ ਸੀਗੇ ਅਤੇ ਅਸੀਂ ਤਾਂ ਕਾਫੀ, ਮਤਲਬ ਹੈਵੀ ਸਟਰਕਚਰ ਸੋਚ ਰਹੇ ਸੀਗੇ, ਪਰ ਉਹਨੂੰ ਸਸਤਾ ਕਰਨ ਲਈ ਫਿਰ ਉਹਨੂੰ ਫਲੈਕਸ ਦਾ ਰੂਪ ਦਿੱਤਾ, ਕਿਉਂਕਿ ਟਨਲ ਵਗੈਰਾ ਤਾਂ ਅਗਰ ਉੱਦਾਂ ਤੁਸੀਂ ਜਾਂਦਾ ਤਾਂ ਮਹਿੰਗਾ ਚਲੇ ਜਾਂਦਾ, ਫਿਰ ਮਹਿੰਗੇ ਹੋਣ ਨਾਲ ਹਰ ਜਗ੍ਹਾ ਅਵੇਲੇਬਲ ਨਹੀਂ ਹੋ ਪਾਉਣਾ ਸੀ। ਇੰਡਸਟਰੀਅਲ ਦੇ ਵਿੱਚ ਤਾਂ ਕਿੰਨਾ ਲਗਭਗ ਇਹਦਾ ਕਿੰਨਾ ਖਰਚਾ ਆ ਗਿਆ? ਇਹਦਾ ਸਰ ਸਾਰੀ ਕੋਸਟਿੰਗ ਜੋ ਮੈਕਸੀਮਮ ਜਾ ਰਹੀ ਹੈ 75,000 ਦੇ ਕਰੀਬ ਜਾਏਗੀ ਪਰ ਟਨਲ। ਅਤੇ ਸਰਕਾਰ ਵੱਲੋਂ ਕੋਈ ਮਦਦ ਵਗੈਰਾ ਤੁਹਾਨੂੰ ਕੋਈ ਆ ਰਹੀ? ਅਸੀਂ ਸਰ ਹਾਲੇ ਤੱਕ ਲਿੱਤੀ ਨਹੀਂ ਕੋਈ ਮਦਦ, ਅਸੀਂ ਸਰਕਾਰ ਨੂੰ ਹਾਲੇ ਤੱਕ ਫ੍ਰੀ ਦੇ ਰਹੇ ਹਾਂ। ਜਿਹੜੇ ਲਾਏ ਫ੍ਰੀ ਪੋਸਟ 'ਚ ਲਾਏ? ਫ੍ਰੀ ਆਫ ਕੋਸਟ ਲਗਾਇਆ ਸਰ। ਸਰ, ਅਸੀਂ ਤਾਂ ਇਹੀ ਕਹਿਣਾ ਚਾਹਾਂ ਕਿ ਅਸੀਂ ਇਹ ਇਨੀਸ਼ੀਏਟਿਵ ਲਿੱਤਾ ਹੈ DC ਆਫਿਸ ਦੇ ਵਿੱਚ ਇਹ ਟਨਲ ਲਗਾਉਣ ਦਾ ਅਤੇ ਦੂਜਾ ਸਾਡਾ ਟਨਲ ਸਿਵਲ ਹੋਸਪਿਟਲ 'ਤੇ ਲੱਗ ਰਿਹਾ ਅਤੇ ਵੱਧ ਤੋਂ ਵੱਧ ਪਬਲਿਕ ਇੱਥੋਂ ਆ ਕੇ ਆਪਣੇ ਆਪ ਨੂੰ ਸੈਨੀਟਾਈਜ਼ ਕਰੇ, ਹੈਡ ਟੂ ਟੋ ਸੈਨੀਟਾਈਜ਼ ਕਰੇ, ਹੱਥਾਂ ਤਾਂ ਸਿਰਫ ਸੀਮਿਤ ਨਾ ਰਹੇ। ਜਦੋਂ ਕਿ ਇੱਥੋਂ ਨਿਕਲਣਗੇ, ਇਸ ਟਨਲ ਤੋਂ ਨਿਕਲਣਗੇ, ਆਪਣੇ ਆਪ ਨੂੰ 90-95% ਆਪਣੇ ਆਪ ਨੂੰ ਸੈਨੀਟਾਈਜ਼ ਕਰ ਸਕਦੇ ਨੇ ਅਤੇ ਅਸੀਂ ਤਾਂ ਇਹ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਇਸ ਦੀ ਵਰਤੋਂ ਹੋਵੇ। ਜਿਵੇਂ ਦੇਖਿਆ ਜਾਵੇ ਜਿੱਦਾਂ ਲੋਕ ਲੰਘ ਰਹੇ ਆ, ਇਹਦੇ 'ਤੇ ਕੋਈ ਅਸਰ ਵੀ ਹੈ ਚੀਜ਼ ਦਾ, ਕੈਮੀਕਲ ਦਾ ਵੀ, ਕਿੰਨਾ ਕੈਮੀਕਲ ਕਿੰਨਾ ਰੱਖਿਆ ਗਿਆ, ਕਿੰਨਾ ਪੋਇਆ? ਹਾਂਜੀ ਸਰ, ਇਹਦੀ ਇੱਕ ਰੇਸ਼ੋ ਹੁੰਦੀ ਹੈ 9:1 ਦੀ, ਕਿ 9 ਲੀਟਰ ਪਾਣੀ ਦੇ ਵਿੱਚ 1 ਲੀਟਰ ਦਵਾਈ ਦੀ ਹੁੰਦੀ ਹੈ। ਉਹ ਵੀ CMO ਸਾਹਿਬ ਜਿਹੜੇ ਹੈਗੇ ਨੇ, ਆਪਣਾ ਸਿਵਲ ਹੋਸਪਿਟਲ ਦੇ ਜਿਹੜੇ ਡਾਕਟਰਸ ਨੇ, ਉਹਨਾਂ ਦੀ ਨਿਗਰਾਨੀ ਦੇ ਵਿੱਚ ਹੀ ਵਰਤੋਂ ਕੀਤੀ ਜਾਂਦੀ ਹੈ। ਦੇਖਿਆ ਜਾਵੇ ਜਿੱਦਾਂ ਲੁਧਿਆਣਾ ਦਾ ਸਿਵਲ ਹੋਸਪਿਟਲ ਹੋ ਗਿਆ, DC ਆਫਿਸ ਹੋ ਗਿਆ, ਕਮਿਸ਼ਨਰ ਆਫਿਸ ਹੋ ਗਿਆ, ਤੁਸੀਂ ਇੱਦਾਂ ਦੇ ਕਿੰਨੇ ਹੋਰ ਲਾ ਰਹੇ ਹੋ? ਸਰ, ਅਸੀਂ 4 ਪ੍ਰਪੋਜ਼ ਕੀਤੇ ਸੀ ਅਤੇ ਸਭ ਤੋਂ ਪਹਿਲਾਂ ਪਾਇਲਟ ਪ੍ਰੋਜੈਕਟ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਵਿੱਚ ਲੱਗਿਆ, ਜਿਵੇਂ ਕਿ ਇਹਨਾਂ ਨੇ ਵੀ ਦਿਨ ਰਾਤ ਆਪਣੀ ਸਿਟੀ ਵਾਸਤੇ ਕੰਮ ਕਰਨਾ ਹੁੰਦਾ ਹੈ। ਅਤੇ ਦੂਜਾ ਪ੍ਰੋਜੈਕਟ ਜਿੱਥੇ ਬਹੁਤ ਹੀ ਜ਼ਰੂਰਤ ਹੈ, ਉਹ ਸਿਵਲ ਹਸਪਤਾਲ ਹੈ, ਉਹ ਥੋੜ੍ਹਾ ਇਸ ਕਰਕੇ 1-2 ਦਿਨ ਬਾਅਦ ਲਗਾਇਆ, ਕਿਉਂਕਿ ਉਹ ਥੋੜ੍ਹਾ ਵੱਡਾ ਪ੍ਰੋਜੈਕਟ ਹੈ ਅਤੇ ਥੋੜ੍ਹਾ ਇਸ ਤੋਂ ਵੱਡਾ ਆਊਗਾ, ਉੱਥੇ ਜ਼ਿਆਦਾ ਜ਼ਰੂਰਤ ਹੈ, 24 ਘੰਟੇ ਦੀ ਆਉਣਾ ਜਾਣ ਰਹਿੰਦੀ ਹੈ, ਅਤੇ ਤਾਂ ਕਰਕੇ।
ਹੈ, ਉਹ ਵੀ ਇੰਸਟਾਲ ਹੋ ਰਿਹਾ। ਬਿਲਕੁਲ ਨਹੀਂ ਸਰ, ਆਪਣੇ ਆਪ ਨੂੰ ਸੈਨੇਟਾਈਜ਼ ਕਰਨਾ, ਨੁਕਸਾਨ ਕਿਸ ਗੱਲ ਦਾ ਹੈ? ਬਟ ਇੱਥੇ ਕੁਛ ਡੂਜ਼ ਐਂਡ ਡੋਂਟਸ ਹੈਗੇ ਹੈ ਕਿ ਜਿੰਨਾ ਕੋਸ਼ਿਸ਼ ਹੋ ਸਕਦਾ ਆਪਣੀ ਅੱਖਾਂ ਨੂੰ ਬਚਾਵ ਕਰਕੇ ਲਿਖਿਓ ਇੱਥੇ। ਗੁਰਬਾਣੀ ਅਖੰਡ ਬਾਣੀ ਵਾਸਤੇ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।